ਰਣਦੇਵ ਕਮਿਸ਼ਨ ਨੂੰ ਸੁਪਰੀਮ ਕੋਰਟ ਨੇ 3 ਮਹੀਨੇ ਦਾ ਪਹਿਲਾਂ ਟਾਈਮ ਕਿਹਾ ਸੀ ਵਿਦਇਨ 3 ਮੰਥਸ ਟੂ ਕੰਪਲੀਟ ਦੀ ਇਨਕੁਆਇਰੀ, ਲੇਕਿਨ 3 ਸਾਲ ਦੇ ਵਿੱਚ ਕੰਪਲੀਟ ਹੋਈ, ਮੋਰ ਦੈਨ 3 ਈਅਰਸ। ਅਤੇ ਉਹਦਾ ਕਾਰਨ ਇਹ ਸੀਗਾ ਕਿ ਹਰ ਸਟੈਪ 'ਤੇ ਪੁਲਿਸ ਵਾਲੇ ਨੇ, ਇਹਨਾਂ ਆਫਿਸਰਾਂ ਨੇ ਜਿਹੜੇ ਵੀ ਇਨਵੋਲਵਡ ਸੀਗੇ, ਉਸ ਵੇਲੇ ਸਾਡੀ ਪਟੀਸ਼ਨ ਦੇ ਵਿੱਚ KPS ਗਿੱਲ ਵੀ ਸੀ, DIG ਵਿਰਦੀ ਵੀ ਸੀ, ਅਤੇ ਹੋਮ ਸੈਕਟਰੀ ਵੀ ਸੀ, ਇਹਨੂੰ ਅਸੀਂ ਰੱਖੇ। ਅਤੇ ਉਹਦੇ 'ਚ ਇਹਨਾਂ ਨੇ ਪਹਿਲਾਂ ਤਾਂ ਪਹਿਲੇ ਸਟੈਪ 'ਤੇ ਪ੍ਰੋਸੀਜਰ 'ਤੇ ਰਣਦੇਵ ਕਮਿਸ਼ਨ ਨੇ ਕਿਹਾ ਸੀ ਜਿਹੜਾ ਐਵੀਡੈਂਸ ਪਹਿਲਾਂ ਲੀਡ ਕਰਨਗੇ ਇਹ ਜੋ ਐਕਿਊਜ਼ਡ ਹੈਗੇ ਆ ਜੇ ਪੁਲਿਸ ਆਫਿਸਰ, ਇਹ ਕਰਨਗੇ। ਉਹਦੇ ਲਈ ਵੀ ਹਾਈ ਕੋਰਟ ਗਏ, ਉਹਦੇ 'ਚ ਟਾਈਮ ਲੱਗਾ। ਉਸ ਤੋਂ ਬਾਅਦ ਫਿਰ ਇਹਨਾਂ ਨੇ ਟ੍ਰਾਂਸਫਰਸ ਦੇ ਉੱਤੇ ਰਣਦੇਵ ਕਮਿਸ਼ਨ ਨੇ ਔਡਰ ਕਰਤਾ, ਦੇ ਸ਼ੁੱਡ ਬੀ ਟ੍ਰਾਂਸਫਰਡ ਫਰੋਮ ਦੀ ਪ੍ਰੈਜੈਂਟ ਪੋਸਟਿੰਗਸ। ਉਹਦੇ ਲਈ ਫਿਰ ਇਹ ਗੌਰਮੈਂਟ ਦੇ ਜਗ੍ਹਾ, ਗੌਰਮੈਂਟ ਨੇ ਫਿਰ ਡਿਲੇ ਕੀਤਾ, ਫਿਰ ਹਾਈ ਕੋਰਟ ਗਏ, ਸੁਪਰੀਮ ਕੋਰਟ ਤੱਕ ਉਹ ਮੈਟਰ ਗਿਆ। ਉਸ ਤੋਂ ਬਾਅਦ ਇਹਨਾਂ ਨੇ ਸਾਡੇ ਗਵਾਹਾਂ 'ਤੇ ਪ੍ਰੈਸ਼ਰ ਪਾ ਕੇ ਗਵਾਹਾਂ ਨੂੰ ਨਹੀਂ ਆਉਣ ਦੇਣਾ, ਜਿਹੜੇ ਇਹਨਾਂ ਦੇ ਗਵਾਹ ਸੀ ਉਹਨਾਂ ਨੂੰ ਇਹਨਾਂ ਨੇ ਲਿੰਗਰ ਆਨ ਕਰਦੇ ਰਹੇ। ਮਤਲਬ ਕਿ ਹਰ ਸਟੈਪ 'ਤੇ ਇਹਨਾਂ ਦਾ ਡਿਲੇਇੰਗ ਟੈਕਟਿਕਸ ਸੀਗਾ ਵੀ ਕਿਸੇ ਤਰ੍ਹਾਂ ਇਹ ਇਨਕੁਆਇਰੀ ਕੰਪਲੀਟ ਨਾ ਹੋਵੇ। ਬਲਕਿ ਸਾਡੇ ਜਿਹੜੇ ਵਕੀਲ ਵੀ ਸੀ ਉਸ ਵੇਲੇ, ਮਿਸਟਰ ਬਰਾੜ ਸੀ ਲੋਅਰ ਕੋਰਟ ਦੇ ਵਿੱਚ, ਨਵਜੀਤ ਬਰਾੜ, ਉਹਨੂੰ ਵੀ ਥਰੈਟ ਕੀਤਾ ਤੂੰ ਇਹਦੇ ਵਿੱਚ ਕੁਇਟ ਕਰ ਜਾ। ਇੱਥੋਂ ਤੱਕ ਕਿ ਮਿਸਟਰ ਬੈਂਸ, RS ਬੈਂਸ ਜਿਹੜੇ ਸਾਡੇ ਹਾਈ ਕੋਰਟ ਦੇ ਵਕੀਲ ਆ, ਉਹਨਾਂ ਨੂੰ ਵੀ ਇਹਨਾਂ ਨੇ ਐਨੋਨੀਮਸ ਕਾਲ 'ਤੇ ਕਿਹਾ ਸੀ ਕਿ ਤੁਸੀਂ ਇਹਦੇ 'ਚੋਂ ਬੈਕਆਊਟ ਕਰ ਜਾਓ ਇਸ ਇਨਕੁਆਇਰੀ ਦੇ ਵਿੱਚੋਂ। ਇਸ ਤਰ੍ਹਾਂ ਇਹਨਾਂ ਨੇ ਮਤਲਬ ਹਰ ਤਰੀਕਾ ਇਹ ਸੀਗਾ ਵੀ ਇਨਕੁਆਇਰੀ ਕੰਪਲੀਟ ਨਾ ਹੋਵੇ।